ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਧੇ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੈ ਮੇਰਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹਿਲਾ ਪੰਜਵਾਂ। ਆਓ ਸਾਜਣ ਸੰਤ ਮੀਤ ਪਿਆਰੇ, ਮਿਲ ਗਾਵੋ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈ ਗੈ ਜਿਨ ਹਮ ਕੀਏ ਜੀਉ। ਆਵੋ ਸਾਜਣ, ਆਓ ਸਾਜਣ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈ ਗੈ ਜਿਨ ਹਮ ਕੀਏ ਜੀਉ। ਜਨਮ ਜਨਮ ਕੇ ਕਿਲ ਵਿਖ ਜਾਵੈ, ਮਨ ਚਿੰਦੇ ਸਈ ਫਲ ਪਾਵੈ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸੁਕੋ ਦੀਗੇ ਜੀਓ। ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈ ਗੈ। ਜਿਨ ਸੇਵਿਆ ਸੋ ਭਾਰ ਗਰਾਮੀ, ਕਾਰਜ ਸਗਲੇ ਥੀਗੇ ਜੀਓ। ਆਏ ਪਿਆ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਲਿਹੋ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਭ ਨਾਨਕ ਅੰਮ੍ਰਿਤ ਪੀਏ ਜੀਓ। ਆਏ ਪਿਆ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਲਿਹ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬੇ ਕਮਾਲ, ਵਾਲੀਏ ਕੁਲ ਆਲਮ, ਰੈਬਰ ਏਕਾਇਨਾਤ, ਦਸਾਂ ਪਾਤਸ਼ਾਹਾਂ ਦੀ ਜੋਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਮਿਲ ਜੁਲ ਕੇ ਬੈਠੇ ਸਤਸੰਗੀ ਪਿਆਰਿਓ, ਸਾਹਿਬਾਂ ਦੀ ਮਿਹਰਾਮਤ ਦੇ ਸਦਕਾ ਸਤਿਗੁਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਲੜੀ ਨੂੰ ਅਗਾਂਹ ਤੋਰਨ ਵਾਸਤੇ ਸਤਿਗੁਰੂ ਜੀ ਨੇ ਅੱਜ ਸਮਾਂ ਬਖਸ਼ਿਆ ਹੈ ਜੀ। ਗੁਰੂ ਮਾਲਕ ਜੀ ਦੇ ਚਰਨਾਂ ਦੇ ਪਾਸ ਅਰਦਾਸ ਬੇਨਤੀ ਜੋੜੇ ਇੱਕ ਤਰਲਾ ਹੈ ਕਿ ਸਤਿਗੁਰੂ ਜੀ ਕਿਰਪਾ ਕਰਿਓ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਘਰ ਦੀ ਵਿਚਾਰ ਗੁਰੂ ਮਾਲਕ ਜੀ ਆਪ ਕਰਵਾ ਲਿਓ। ਸਾਨੂੰ ਸਤਿਗੁਰੂ ਜੀ ਆਪਣੀ ਬਾਣੀ ਦੀ ਵਿਚਾਰ ਕਰਨ ਦੀ ਮੱਤ ਅਤੇ ਸੁਣਨ ਦੀ ਮੱਤ ਬਖਸ਼ਿਓ, ਕਿਉਂਕਿ ਮਾਲਕ ਤੇਰੀ ਘਰ ਦੀ ਬਾਣੀ ਦਾ ਫਰਮਾਨ ਹੈ ਕਿ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਦਾ।
ਨਾ ਮਾਲਕ ਮੇਰੇ ਕੋਲ ਮਤ ਇਹ ਹੈ ਕਿ ਮੈਂ ਤੇਰੇ ਘਰ ਦੇ ਵਿਚਾਰ ਕਰ ਸਕਾਂ ਅਤੇ ਨਾ ਸਤਿਗੁਰ ਸਾਡੇ ਕੋਲ ਐਡਾ ਕੋਈ ਬਲ ਉਦਮ ਹੈ, ਕੋਈ ਤਾਕਤ ਹੈ, ਕੋਈ ਪਾਵਰ ਹੈ ਕਿ ਅਸੀਂ ਤੇਰੀ ਵਿਚਾਰ ਨੂੰ ਸੁਣ ਸਕੀਏ। ਇਹ ਤਾਂ ਮਾਲਕ ਤੂੰ ਜੇ ਤਰਸ ਕਰੇਗਾ ਤਾਂ ਵਿਚਾਰ ਕਰਾਂਗੇ, ਮਾਲਕ ਤੂੰ ਤਰਸ ਕਰੇਗਾ ਅਤੇ ਤਾਂ ਵਿਚਾਰ ਸਤਿਗੁਰ ਸੁਣ ਪਾਵਾਂਗੇ। ਤੁਸੀਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ ਜੀ, ਆਪਣੇ ਘਰ ਦੇ ਵਿਚਾਰ ਆਪ ਕਰਵਾ ਲਿਓ। ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਸਤਿਗੁਰੂ ਜੀ ਦੇ ਚਰਨਾਂ 'ਚ ਲਵਾਓ ਹਾਜ਼ਰੀ ਜੀ। ਪਿਆਰ ਅਤੇ ਸਤਿਕਾਰ ਗੁਰੂ ਮਾਲਕ ਜੀ ਦੇ ਚਰਨਾਂ 'ਚ ਸੀਸ ਨਿਭਾਉਂਦੇ ਹੋਏ ਅਦਬ ਦੇ ਨਾਲ ਪਿਆਰ ਨਾਲ ਸੀਸ ਝੁਕਾਓ ਅਤੇ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣਾ ਸ਼ਬਦ ਜੋ ਇਹਦੀ ਵਿਚਾਰ ਆਪਾਂ ਨੇ ਆਰੰਭ ਕਰਨੀ ਹੈ, ਮਾਝ ਰਾਗ ਦੇ ਅੰਦਰ ਸਤਿਗੁਰਾਂ ਨੇ ਇਹ ਸ਼ਬਦ ਦਰਜ ਕੀਤਾ ਹੈ। ਮਾਲਕ ਨੇ ਬੜਾ ਹੀ ਇੱਕ ਪਿਆਰ ਦਾ ਸੰਕੇਤ ਦਿੰਦੇ ਹੋਏ ਆਪਣੇ ਸੱਜਣਾਂ ਨੂੰ, ਮਿੱਤਰਾਂ ਨੂੰ, ਜਿਨ੍ਹਾਂ ਨੂੰ ਮਾਲਕ ਨੇ ਬਾਣੀ ਦੇ ਅੰਦਰ ਸੰਤ ਵੀ ਆਖਿਆ, ਮਹਾਂਪੁਰਸ਼ ਵੀ ਆਖਿਆ, ਬ੍ਰਹਮ ਗਿਆਨੀ ਵੀ ਆਖਿਆ, ਸੇਵਕ ਵੀ ਆਖਿਆ, ਜਨ ਵੀ ਆਖਿਆ, ਸਿੱਖ ਵੀ ਕਿਹਾ, ਅਤੇ ਕਿਤੇ ਕਿਤੇ ਮਾਲਕ ਨੇ ਪਿਆਰ ਦਾ ਸਬੂਤ ਦਿੰਦੇ ਹੋਏ ਗੁਰਸਿੱਖ ਸ਼ਬਦ ਵੀ ਵਰਤਿਆ ਆ। ਇੱਕ ਥੋੜ੍ਹੀ ਜਿਹੀ ਗੱਲ ਆਰੰਭਤਾ 'ਚ ਕਹਿ ਦਿਆਂ, ਜਿਹੜਾ ਬਾਣੀ ਪੜ੍ਹਦਾ ਅਤੇ ਬਾਣੀ ਦੇ ਮੁਤਾਬਿਕ ਜੀਵਨ ਜੀ ਰਿਹਾ ਆ, ਸਤਿਗੁਰੂ ਜੀ ਕਹਿੰਦੇ ਉਹੀ ਬੰਦਾ ਮਹਾਂਪੁਰਸ਼ ਹੈ, ਉਹੀ ਬੰਦਾ ਸੰਤ ਹੈ, ਉਹੀ ਬੰਦਾ ਸਾਧੂ ਹੈ, ਉਹੀ ਬੰਦਾ ਮਹਾਂਪੁਰਸ਼, ਬ੍ਰਹਮ ਗਿਆਨੀ, ਜਨ ਸੇਵਕ, ਸਿੱਖ, ਗੁਰਸਿੱਖ ਹੈ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੀ ਕਮਾਲ ਦੀ ਕਿਰਪਾ ਕੀਤੀ ਗਾ ਜੀ। ਇੱਥੇ ਸਤਿਗੁਰੂ ਜੀ ਨੇ ਆਪਣੇ ਸੇਵਕ ਨੂੰ, ਆਪਣੇ ਸੰਤ ਨੂੰ, ਆਪਣੇ ਪਿਆਰੇ ਨੂੰ ਇੱਕ ਆਵਾਜ਼ ਮਾਰੀ ਹੈ ਅਤੇ ਭਲਿਓ ਯਾਦ ਰੱਖਿਓ, ਮਾਲਕ ਨੇ ਆਵਾਜ਼ ਕੋਈ ਦੁਨਿਆਵੀ ਕੰਮ ਕਰਨ ਵਾਸਤੇ ਨਹੀਂ ਮਾਰੀ ਕਿ ਆਓ ਦੁਨਿਆਵੀ ਕੰਮ ਕਰੀਏ, ਆਓ ਦੁਨਿਆਵੀ ਗੱਲਾਂ ਕਰੀਏ, ਆਓ ਦੁਨਿਆਵੀ ਕਿਸੇ ਕੀਤੇ ਦੇ ਵਿੱਚ ਰੁੱਝ ਜਾਈਏ। ਮਾਲਕ ਨੇ ਇੱਥੇ ਗੱਲ ਕੀਤੀ, ਸਤਿਗੁਰੂ ਜੀ ਕਹਿੰਦੇ ਦੁਨੀਆਂ ਵਿੱਚ ਮਿੱਤਰ ਇਕੱਠੇ ਹੋ ਕੇ ਬਹਿੰਦੇ ਨੇ, ਜਦੋਂ ਉਹ ਬਹਿੰਦੇ ਨੇ ਦੁਨੀਆਂ ਦੀ ਗੱਲਾਂ ਕਰਦੇ ਨੇ, ਜਦੋਂ ਆਪਸ ਦੇ ਵਿੱਚ ਮਿਲਦੇ ਨੇ, ਆਪਸ ਵਿੱਚ ਬਾਤਾਂ ਕਰਦੇ ਨੇ ਦੁਨਿਆਵੀ ਗੱਲਾਂ। ਅਤੇ ਕਈ ਵਾਰੀ ਮਾਫ ਕਰਿਓ, ਮਿੱਤਰ ਸੱਜਣ ਆਪਸ ਵਿੱਚ ਇਕੱਤਰ ਹੋਵੇ ਤਾਂ ਕਈ ਵਾਰ ਵਿਕਾਰਾਂ ਦੀ ਗੱਲਾਂ ਵੀ ਛੇੜ ਕੇ ਬੈਠ ਜਾਂਦੇ ਨੇ, ਸੰਸਾਰੀ ਗੱਲਾਂ, ਵਿਕਾਰੀ ਗੱਲਾਂ। ਕੋਈ ਵਿਰਲਾ ਹੋਏਗਾ ਜਿਹੜਾ ਕਿ ਆਪਣੇ ਮਿੱਤਰਾਂ ਨਾਲ ਬੈਠ ਕੇ, ਆਪਣੇ ਸੱਜਣਾਂ ਨਾਲ ਬੈਠ ਕੇ, ਆਪਣੇ ਰਿਸ਼ਤੇਦਾਰਾਂ ਨਾਲ ਬੈਠ ਕੇ ਉਹ ਇਸ ਗੱਲ ਦੀ ਚਰਚਾ ਕਰੇ ਜਿਹੜੀ ਅਰਦਾਸ ਉਹ ਕਰਦਾ ਆ ਕਿ ਨਾਨਕ ਮੈਨੂੰ ਉਹਨਾਂ ਦੇ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਮਾਲਕ ਤੇਰਾ ਨਾਮ ਚੇਤੇ ਆਉਂਦਾ ਆ। ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਾਲਕ ਤੇਰੇ ਨਾਮ ਦੀ ਗੱਲ ਕੋਈ ਵਿਰਲਾ ਕਰੇ, ਇਕੱਠੇ ਹੋ ਕੇ ਬੈਠਣਗੇ, ਤੇਰੀ ਕੋਈ ਬਾਣੀ ਦੀ ਗੱਲ ਕਰੇ, ਮਾਲਕ ਤੇਰੇ ਘਰ ਦੀ ਕੋਈ ਬਾਤਾਂ ਪਾਵੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਆਵਾਜ਼ ਮਾਰੀ ਆ ਬੜੀ ਪਿਆਰ ਨਾਲ, ਬੜੇ ਸਤਿਕਾਰ ਨਾਲ, ਕਹਿੰਦੇ ਆਓ ਸੱਜਣੋ, ਆਓ ਸੰਤੋ। ਅਤੇ ਸੰਤਾਂ ਨੇ ਪੁੱਛਿਆ ਕੀ ਕਰਨ ਆਈਏ ਜੀ, ਕਿਸ ਗੱਲ ਦੀ ਆਵਾਜ਼ ਮਾਰਦੇ ਹੋ, ਕੀ ਕੰਮ ਹੈ? ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਕਿ ਜਿਹੜਾ ਪਰਮਾਤਮਾ ਅਗੰਮ ਹੈ, ਜਿਹੜਾ ਪਰਮਾਤਮਾ ਅਗੋਚਰ ਹੈ, ਜਿਹੜਾ ਪਰਮਾਤਮਾ ਦਿਆਲੂ ਹੈ, ਜਿਹੜਾ ਪਰਮਾਤਮਾ ਕਿਰਪਾਲੂ ਹੈ, ਜਿਹੜਾ ਪਰਮਾਤਮਾ ਤਰਸ ਦੇ ਘਰ ਵਿੱਚ ਆ ਕੇ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ ਆ, ਭਿਖਾਰੀਆਂ ਨੂੰ ਰਾਜਾ ਬਣਾ ਦਿੰਦਾ ਆ, ਉਹ ਰੁਲਦਿਆਂ ਨੂੰ ਤਖ਼ਤ ਦਵਾ ਦਿੰਦਾ ਆ। ਮਾਲਕ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਆਓ ਇਕੱਤਰ ਹੋ ਕੇ ਉਸ ਪਰਮਾਤਮਾ ਦੀ ਬਾਣੀ ਦਾ ਗਾਇਨ ਕਰੀਏ ਅਤੇ ਉਸ ਪਰਮਾਤਮਾ ਦੀ ਵਾਤਾ ਕਰੀਏ। ਸਤਿਗੁਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਨ ਕੀਤਾ, ਮਾਲਕ ਕਹਿੰਦੇ ਆਓ ਸਾਜਣ, ਸੰਤ, ਮੀਤ ਪਿਆਰੇ। ਸੰਤ ਸ਼ਬਦ ਵਰਤਿਆ, ਸਾਜਣ ਸ਼ਬਦ ਵਰਤਿਆ, ਮੀਤ ਸ਼ਬਦ ਵਰਤਿਆ, ਪਿਆਰਾ ਸ਼ਬਦ ਵਰਤਿਆ। ਥੋੜ੍ਹਾ ਜਿਹਾ ਇਹਨਾਂ ਗੱਲਾਂ ਵੱਲ ਧਿਆਨ ਦਿਓ, ਮਾਲਕ ਉਹਨਾਂ ਨੂੰ ਕਿੱਡਾ ਵੱਡਾ ਰੁਤਬਾ ਦੇ ਰਿਹਾ ਆ ਜਿਹੜਾ ਬੰਦਾ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਬਾਣੀ ਗਾ ਰਿਹਾ ਆ, ਜਿਹੜਾ ਬੰਦਾ ਆਪਣੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਸਿਫਤੋਂ ਸਲਾਹ ਕਰਦਾ ਆ। ਮਾਲਕ ਕਹਿੰਦੇ ਪਹਿਲੀ ਗੱਲ ਇਹ, ਜਿਹੜਾ ਬੰਦਾ ਰੱਬ ਦੀ ਗੱਲ ਕਰੇਗਾ, ਰੱਬ ਦੀ ਬਾਣੀ ਦੀ ਗੱਲ ਕਰੇਗਾ, ਸੰਗਤ ਵਿੱਚ ਬੈਠ ਕੇ ਇੱਕ ਨਾਮ ਦੀ ਗੱਲ ਕਰੇਗਾ, ਮੇਰੀ ਨਿਗਾਹ 'ਚ ਉਹ ਬੰਦਾ ਮੇਰਾ ਸੱਜਣ ਬਣ ਗਿਆ, ਉਹ ਬੰਦਾ ਮੇਰਾ ਸੰਤ ਬਣ ਗਿਆ,
ਉਹਨੂੰ ਮੈਂ ਸੰਤ ਦੀ ਪਦਵੀ ਦੇ ਦਾਂਗਾ, ਉਹਨੂੰ ਮੈਂ ਆਖਾਂਗਾ ਇਹ ਮੇਰਾ ਸੱਜਣ ਹੈ, ਉਹਨੂੰ ਮੈਂ ਆਪਣਾ ਮਿੱਤਰ ਪਿਆਰਾ ਸਮਝਾਂਗਾ ਜਿਹੜਾ ਗੁਰਬਾਣੀ ਦੀ ਗਾਇਨ ਕਰਦਾ ਹੋਇਆ ਅਤੇ ਸੰਗਤ ਵਿੱਚ ਬੈਠ ਕੇ ਭਲਿਓ ਉਸ ਪਰਮਾਤਮਾ ਦੀ ਬਾਤਾਂ ਗਾ ਰਿਹਾ ਆ। ਹੁਣ ਮਾਲਕ ਜੀ ਕਹਿੰਦੇ ਆਓ ਸਾਜਣ ਸੰਤ ਮੀਤ ਪਿਆਰੇ, ਅਤੇ ਕਰਨਾ ਕੀ ਹੈ ਜੀ, ਕਹਿੰਦੇ ਮਿਲ ਗਾਵੈ ਗੁਣ ਗਮ ਪਾਰੇ, ਕਹਿੰਦੇ ਮਿਲ ਕੇ ਇਕੱਤਰ ਹੋ ਕੇ ਦੁਨਿਆਵੀ ਗੱਲਾਂ ਨਾ ਕਰਿਓ, ਇਕੱਠੇ ਹੋ ਕੇ ਵਿਕਾਰੀ ਗੱਲਾਂ ਨਾ ਕਰਿਓ, ਭਲਿਓ ਇਕੱਠੇ ਹੋ ਕੇ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਨਾ ਕਰਿਓ, ਜਦੋਂ ਵੀ ਇਕੱਤਰ ਹੋ ਕੇ ਬਹਿੰਦੇ ਹੋ ਤਾਂ ਇੱਕ ਕੰਮ ਕਰਿਓ ਕਿ ਉਸ ਅਗੰਮ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਿਓ। ਹੁਣ ਮਾਲਕ ਨੂੰ ਪੁੱਛੀਏ ਕਿ ਸਤਿਗੁਰ ਜੀ ਜਦੋਂ ਅਸੀਂ ਉਹਦੇ ਗੁਣ ਗਾਵਾਂਗੇ, ਉਹਦੀ ਸਿਫਤ ਤੋਂ ਸਲਾਹ ਕਰਾਂਗੇ, ਉਹਦੀ ਬਾਣੀ ਦੀ ਵਿਆਖਿਆ ਕਰਾਂਗੇ, ਉਹਦੇ ਘਰ ਦੇ ਗੁਣ ਗਾਵਾਂਗੇ, ਅਤੇ ਮਾਲਕ ਜੀ ਇਹਦੇ ਵਿੱਚ ਸਾਨੂੰ ਕੀ ਫਾਇਦਾ ਹੋਏਗਾ? ਕਿਉਂਕਿ ਬੰਦਾ ਭਲਿਓ ਅੱਜ ਦਾ ਬੜਾ ਸਵਾਰਥੀ ਹੈ, ਇਹ ਇੱਕ ਵੀ ਕਦਮ ਨਹੀਂ ਪੁੱਟਦਾ ਉੱਧਰ ਜਿੱਧਰ ਇਹਦਾ ਫਾਇਦਾ ਨਾ ਹੋਵੇ, ਇਹ ਕਦਮ 100 ਪੁੱਟੇਗਾ ਉੱਧਰਲੇ ਪਾਸੇ, ਬੇਸ਼ੱਕ ਉਹ ਰਸਤਾ ਗਲਤ ਹੋਵੇ ਪਰ ਇਹਨੂੰ ਪਤਾ ਕੀ ਆ, ਇੱਕ ਕਦਮ ਪੁੱਟਣ ਨਾਲ ਮੇਰਾ ਫਾਇਦਾ ਕੋਈ ਨਹੀਂ, ਇਹ ਕਦਮ ਕੋਈ ਨਹੀਂ ਪੁੱਟਦਾ, ਇਹਨੂੰ ਪਤਾ ਕੀ ਆ 100 ਕਦਮ ਪੁੱਟੇ ਨਾਲ ਮੈਨੂੰ ਫਾਇਦਾ, ਅਤੇ ਬੰਦਾ 100 ਕਦਮ ਆਪਣੇ ਫਾਇਦੇ ਲਈ ਪੁੱਟਦਾ ਆ। ਹੁਣ ਸਤਿਗੁਰ ਨੂੰ ਪੁੱਛੀਏ ਕਿ ਮਾਲਕ ਜੀ ਇਕੱਠੇ ਹੋ ਕੇ ਬਾਣੀ ਪੜ੍ਹੀ ਗਏ, ਇਕੱਠੇ ਹੋ ਕੇ ਉਹਦੀ ਸਿਫਤ ਸਲਾਹ ਕਰੀਏ, ਇਕੱਠੇ ਹੋ ਕੇ ਉਹਦੇ ਗੁਣ ਗਾਈਏ, ਅਤੇ ਇਹਦੇ ਵਿੱਚ ਸਾਨੂੰ ਕੀ ਮਿਲੇਗਾ? ਮਾਲਕ ਨੇ ਬੜਾ ਸੋਹਣਾ ਗੁਰਬਾਣੀ ਅੰਦਰ ਦਰਦ ਕੀਤਾ। ਸਤਿਗੁਰ ਜੀ ਕਹਿੰਦੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਿ ਤੇਰਾ ਮਨ ਬਹੁਤ ਮੈਲਾ ਹੋ ਚੁੱਕਾ ਆ, ਬਾਹਰਲਾ ਸਾਬਣ ਹੋਵੇ ਉਹਦੇ ਨਾਲ ਦੁਨਿਆਵੀ ਤੌਰ 'ਤੇ ਕੱਪੜੇ ਧੋ ਸਕਦਾ ਆ, ਬਾਹਰਲੇ ਪਾਣੀ ਦੇ ਨਾਲ ਤਨ ਧੋ ਸਕਦਾ ਆ, ਪਰ ਯਾਦ ਰੱਖੀ ਦੁਨੀਆਂ ਵਿੱਚ ਕੋਈ ਐਸਾ ਸਾਬਣ ਨਹੀਂ ਬਣਿਆ, ਦੁਨੀਆਂ ਵਿੱਚ ਕਿਸੇ ਪਾਣੀ ਕੋਲ ਐਸੀ ਤਾਕਤ ਨਹੀਂ ਕਿ ਜਿਹੜਾ ਪਾਣੀ ਸਾਡੇ ਮਨ ਨੂੰ ਧੋ ਸਕੇ। ਸਮਝੋ ਗੱਲ ਨੂੰ, ਮਾਲਕ ਕਹਿੰਦੇ ਕੱਪੜਾ ਧੋਣਾ ਸਾਬਣ ਦੀ ਲੋੜ ਹੈ, ਮਨ ਧੋਣਾ ਅਤੇ ਭਲਿਆ ਸਾਬਣ ਦੀ ਲੋੜ ਨਹੀਂ, ਅਤੇ ਉਹਦੇ ਵਾਸਤੇ ਇੱਕੋ ਚੀਜ਼ ਦੀ ਲੋੜ ਹੈ ਅਤੇ ਉਹ ਹੈ ਉਹਦੇ ਨਾਮ ਦੀ ਲੋੜ ਹੈ। ਉਹ ਕਿ ਸਤਿਗੁਰ ਨੇ ਆਖਿਆ, ਜਦੋਂ ਜਗਿਆਸੂ ਨੇ ਪੁੱਛਿਆ ਕਿ ਸਤਿਗੁਰ ਦੀ ਉਹਦੇ ਗੁਣ ਗਾਉਣ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਕੀ ਮਿਲੇਗਾ, ਅਤੇ ਮੇਰੇ ਮਾਲਕ ਕਹਿੰਦੇ ਪੁੱਤਰ ਤੋਂ ਗੁਣ ਗਾ ਕੇ ਦੇਖ, ਅਤੇ ਗੁਣ ਗਾਵਤ ਤੇਰੀ ਉਤਰ ਸਮੈਲ, ਜਦੋਂ ਤੂੰ ਉਹਦੇ ਗੁਣ ਗਾਏਗਾ, ਜਦੋਂ ਉਹਦੀ ਸਿਫਤ ਸਲਾਹ ਕਰੇਗਾ, ਅਤੇ ਸਤਿਗੁਰ ਜੀ ਕਹਿੰਦੇ ਤੇਰੇ ਅੰਦਰ 'ਤੇ ਮਹਿਲ ਉੱਤਰ ਜਾਣੀ ਹੈ। ਇੱਕ ਛੋਟੀ ਜਿਹੀ ਉਦਾਹਰਣ ਦੇ ਦਿਆਂ, ਮੰਨ ਲਓ ਕਿ ਸਾਡੇ ਘਰ ਦੇ ਵਿੱਚ ਕੋਈ ਪਰਾਤ ਹੈ, ਪਰਾਤ ਸ਼ਬਦ ਤੋਂ ਸਮਝਿਓ ਕਿ ਉਹ ਭਾਂਡਾ ਜਿਹਦੇ ਵਿੱਚ ਸਾਡੇ ਘਰ ਦੀਆਂ ਮਾਈਆਂ ਆਟਾ ਗੁੰਨਦੀਆਂ ਨੇ। ਹੁਣ ਜਦੋਂ ਉਹ ਪਰਾਤ ਆਪਾਂ ਨੇ ਚੁੱਕੀ, ਅਤੇ ਮੰਨ ਲਵੋ ਕਿ ਉਸ ਪਰਾਤ ਦੇ ਵਿੱਚ ਕੋਈ ਦਾਗ ਲੱਗਾ, ਕੋਈ ਮੈਲ ਹੈ, ਅਤੇ ਉੱਤਰ ਨਹੀਂ ਰਹੀ, ਅਤੇ ਉਸ ਦਾਗ ਨੂੰ ਉਤਾਰੀਏ ਕਿੱਦਾਂ? ਹੁਣ ਇੱਕ ਬੜੀ ਕਮਾਲ ਦੀ ਉਦਾਹਰਣ ਵਿਦਵਾਨਾਂ ਨੇ ਦਿੱਤੀ ਆ, ਕਹਿੰਦੇ ਇੱਕ ਕੰਮ ਕਰਿਓ ਕਿ ਮੀਂਹ ਪੈਂਦਾ ਹੋਵੇ ਅਤੇ ਉਸ ਪਰਾਤ ਨੂੰ ਮੀਂਹ ਦੇ ਵਿੱਚ ਰੱਖ ਦਿਓ, ਜਿਉਂ ਜਿਉਂ ਉਸ ਪਰਾਤ ਦੇ ਵਿੱਚ ਮੀਂਹ ਦੀਆਂ ਕਿਣੀਆਂ ਪੈਣਗੀਆਂ, ਮੀਂਹ ਆ ਕੇ ਡਿੱਗੇਗਾ, ਪਾਣੀ ਦੀਆਂ ਬੂੰਦਾਂ ਡਿੱਗਣਗੀਆਂ, ਅਤੇ ਯਾਦ ਰੱਖਿਓ ਤਿਉਂ ਤਿਉਂ ਅੰਦਰ ਲੱਗੀ ਹੋਈ ਪਰਾਤ ਦੇ ਮੈਲ ਉਤਰੀ ਜਾਏਗੀ। ਇੱਕ ਟਾਈਮ ਐਸਾ ਆਏਗਾ ਕਿ ਜਦੋਂ ਪਰਾਤ ਵਿੱਚ ਪਾਣੀ ਦਾ ਭਰ ਜਾਏਗਾ ਅਤੇ ਪਾਣੀ ਦੇ ਵਿੱਚੋਂ ਭਲਿਓ ਕੋਈ ਮੈਲ ਨਹੀਂ ਦਿਖੇਗੀ, ਜਿਹੜੀ ਪਰਾਤ ਦੇ ਵਿੱਚ ਮੈਲ ਸੀ ਉਹ ਮੈਲ ਸਾਰੀ ਪਾਣੀ ਨੇ ਬਾਹਰ ਕੱਢ ਦੇਣੀ ਹੈ, ਅਤੇ ਜਿਹੜਾ ਸਵੱਸਥ ਪਾਣੀ ਹੈ, ਸਾਫ਼ ਪਾਣੀ ਹੈ, ਚੰਗਾ ਪਾਣੀ ਹੈ, ਨਿਰਮਲ ਪਾਣੀ ਹੈ, ਉਹ ਪਰਾਤ ਦੇ ਵਿੱਚ ਟਿਕ ਜਾਏਗਾ। ਮਾਲਕ ਕਹਿੰਦੇ ਬਸ ਆਹ ਗੱਲ ਹੈ ਪੁੱਤਰ ਜੀ, ਜਿੱਦਣ ਉਹਦੇ ਗੁਣ ਗਾਏਗਾ, ਜਿੱਦਣ ਉਹਦੀ ਸਿਫਤ ਕਰੇਗਾ, ਜਿੱਦਣ ਉਹਦੀ ਸਲਾਹ ਕਰੇਗਾ, ਸਤਿਗੁਰ ਜੀ ਕਹਿੰਦੇ ਇਹ ਸਮਝ ਲਾ ਕਿ ਤੇਰਾ ਸਰੀਰ ਇੱਕ ਪਰਾਤ ਦੀ ਤਰ੍ਹਾਂ ਆ, ਅਤੇ ਅੰਦਰ ਅਤੇ ਮਨ ਤੇਰਾ ਬਹੁਤ ਗੰਦਾ, ਬਹੁਤ ਦਾਗ ਲੱਗੇ ਨੇ ਇਸ ਮਨ ਨੂੰ, ਅਤੇ ਯਾਦ ਰੱਖੀ ਜੇ ਇਸ ਪਰਾਤ ਨੂੰ ਧੋਣਾ ਅਤੇ ਕੰਮ ਕਰ ਗੁਰੂ ਦੀ ਸਿਫਤ ਸਲਾਹ ਦਾ, ਇਸ ਪਰਾਤ ਦੇ ਉੱਪਰ ਮੀਂਹ ਪਵਾ ਦੇ, ਜਿੱਦਣ ਉਹਦੀ ਸਿਫਤ ਸਲਾਹ ਦਾ, ਉਹਦੇ ਗੁਣਾਂ ਦਾ ਇਸ ਸਰੀਰ ਰੂਪੀ ਪਰਾਤ ਦੇ ਉੱਤੇ ਮੀਂਹ ਪੈ ਗਿਆ, ਇੱਕ ਦਿਨ ਐਸਾ ਹੋਏਗਾ ਕਿ ਅੰਦਰ ਤੇ ਮਹਿਲ ਸਾਰੀ ਧੋਤੇ ਜਾਏਗੀ, ਅਤੇ ਜਿਹੜਾ ਸਵੱਛ ਬਾਣੀ ਹੈ, ਸਾਫ਼ ਬਾਣੀ ਹੈ, ਨਿਰਮਲ ਬਾਣੀ ਹੈ, ਉਹ ਨਿਰਮਲ ਬਾਣੀ ਤੇਰੇ ਅੰਦਰ ਘਰ ਕਰ ਦੇਗੀ, ਅਤੇ ਤੇਰੇ ਅੰਦਰ ਤੇ ਮਹਿਲ ਸਾਰੀ ਖਤਮ ਹੋ ਜਾਏਗੀ। ਹੁਣ ਮਾਲਕ ਜੀ ਕਹਿੰਦੇ ਭਾਈ ਆ ਜਾਓ,
ਆ ਕੇ ਸਿਰ ਤੋਂ ਸਲਾਹ ਕਰੀਏ, ਆ ਜਾਓ ਆ ਕੇ ਪਰਮਾਤਮਾ ਦੇ ਗੁਣ ਗਾਈਏ। ਮਾਲਕ ਨੇ ਫਿਰ ਆਵਾਜ਼ ਦਿੱਤੀ, ਕਹਿੰਦੇ ਆਵੋ ਸਾਜਣ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗੰਮ ਪਾਰੇ। ਅਤੇ ਸਤਿਗੁਰ ਨੇ ਅਗਾਂਹ ਕਿਰਪਾ ਕੀਤੀ ਜੀ, ਕਹਿੰਦੇ ਗਾਵਤ ਸੁਨਤ ਸਭੇ ਹੀ ਮੁਕਤੇ, ਸੋ ਧਿਆਈ ਗੈ ਜਿਨ ਹਮ ਕੀਏ ਜੀਓ। ਕਹਿੰਦੇ ਪੁੱਤਰ ਜੀ, ਗਾਉਣ ਵਾਲਾ ਵੀ ਮੁਕਤਾ ਹੋ ਜਾਏਗਾ। ਅਤੇ ਇੱਥੋਂ ਤੱਕ ਸ਼ਬਦ ਵਰਤੇ ਕਿ ਸਤਿਗੁਰ ਜੀ ਕਹਿੰਦੇ ਸੁਣਨ ਵਾਲਾ ਵੀ ਮੁਕਤਾ ਹੋ ਜਾਏਗਾ। ਹੁਣ ਦੋ ਗੱਲਾਂ ਹੋ ਗਈਆਂ ਜੀ, ਇੱਕ ਹੈ ਵਕਤਾ ਅਤੇ ਇੱਕ ਹੈ ਸਰੋਤਾ। ਹੁਣ ਜਦੋਂ ਅਸੀਂ ਆਨੰਦ ਸਾਹਿਬ ਦੀ 40 ਨੰਬਰ ਪੌੜੀ ਪੜ੍ਹਦੇ ਹਾਂ ਨਾ ਜੀ, ਸਤਿਗੁਰ ਨੇ ਬੜੀ ਕਮਾਲ ਦੀ ਗੱਲ ਇਸ ਪੌੜੀ ਦੇ ਅਖੀਰ 'ਚ ਰੱਖੀ ਹੈ ਜੀ। ਸਤਿਗੁਰ ਜੀ ਨੇ ਆਖਿਆ ਕਿ ਭਾਈ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਬਾਣੀ ਨੂੰ ਸੁਣਿਆ ਤੇ ਅੰਦਰ ਤੇ ਦੁੱਖ, ਅੰਦਰ ਤੇ ਤਕਲੀਫਾਂ, ਅੰਦਰ ਤੇ ਮੁਸ਼ਕਲਾਂ ਖਤਮ ਹੋ ਗਈਆਂ, ਦੁੱਖ ਸੋ ਦੁੱਖ ਵੀ ਉਤਰ ਗਏ। ਤੇ ਮਾਲਕ ਜੀ ਕਹਿੰਦੇ ਅੰਦਰ ਦਾ ਜਿਹੜੇ ਸੋਗ ਸੀਗੇ ਉਹ ਵੀ ਕੱਟੇ ਗਏ, ਅੰਦਰ ਦੀਆਂ ਤਕਲੀਫਾਂ ਵੀ ਕੱਟੀ ਗਈਆਂ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਤੇ ਮਾਲਕ ਨੇ ਕਿਰਪਾ ਕੀਤੀ, ਸਤਿਗੁਰ ਜੀ ਕਹਿੰਦੇ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ। ਮਾਲਕ ਕਹਿੰਦੇ ਸੁਣਨ ਵਾਲਾ ਵੀ ਪਵਿੱਤ ਹੈ, ਤੇ ਸਤਿਗੁਰ ਜੀ ਕਹਿੰਦਾ ਜਿਹੜਾ ਬਾਣੀ ਸੁਣਾ ਰਿਹਾ ਉਹ ਵੀ ਪਵਿੱਤਰ। ਮਾਲਕ ਕਹਿੰਦੇ ਸੁਣੇਗਾ ਤੇ ਤੂੰ ਵੀ ਪਵਿੱਤਰ ਹੋ ਜਾਏਗਾ, ਸੁਣਾਏਗਾ ਤੂੰ ਵੀ ਪਵਿੱਤਰ ਹੋ ਜਾਏਗਾ। ਪਰਮਾਤਮਾ ਦੇ ਗੁਣ ਗਾ ਤੇ ਪਰਮਾਤਮਾ ਦੇ ਗੁਣ ਸੁਣ, ਸੁਣਨ ਵਾਲੇ ਵੀ ਮੁਕਤਾ ਹੋ ਜਾਏਗਾ ਤੇ ਮਾਲਕ ਕਹਿੰਦਾ ਸੁਣਾਉਣ ਵਾਲਾ ਵੀ ਮੁਕਤਾ ਹੋ ਜਾਏਗਾ। ਸਤਿਗੁਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗਾਵਤ ਗਾਉਣ ਵਾਲਾ ਤੂੰ ਬਾਣੀ ਗਾਏਗਾ, ਮਾਲਕ ਕਹਿੰਦੇ ਸੁਣਤ ਸੁਣਨ ਵਾਲਾ ਸਭੇ ਹੀ ਮੁਕਤੇ, ਗਾਉਣ ਵਾਲਾ ਵੀ ਮੁਕਤਾ ਅਤੇ ਸੁਣਨ ਵਾਲਾ ਵੀ ਮੁਕਤਾ। ਕਿੱਡੀ ਕਮਾਲ ਦੀ ਗੱਲ ਹੈ ਜੀ, ਮਾਲਕ ਕਹਿੰਦੇ ਗਾਉਣ ਵਾਲਾ ਵਾਲੇ ਦਾ ਵੀ ਬੇੜਾ ਪਾਰ ਅਤੇ ਸੁਣਨ ਵਾਲੇ ਦਾ ਵੀ ਬੇੜਾ ਪਾਰ। ਹੁਣ ਛੋਟੀ ਜਿਹੀ ਗੱਲ ਸੁਣਿਓ, ਮਾਲਕ ਕਹਿੰਦੇ ਜਿਨ੍ਹਾਂ ਨੇ ਗਾਇਆ ਉਹ ਵੀ ਪਾਰ ਹੋ ਗਏ, ਜਿਨ੍ਹਾਂ ਨੇ ਸੁਣਿਆ ਉਹ ਵੀ ਪਾਰ ਹੋ ਗਏ। ਸਤਿਗੁਰ ਜੀ ਕਹਿੰਦੇ ਪਰ ਯਾਦ ਰੱਖਿਓ ਪੁੱਤਰ ਜੀ, ਗਾਉਣਾ ਕਿਹਨੂੰ ਹੈ ਅਤੇ ਸੁਣਨਾ ਕਿਹਨੂੰ ਹੈ? ਅਤੇ ਸਤਿਗੁਰੂ ਜੀ ਕਹਿੰਦੇ ਗਾਓ ਉਹਨੂੰ ਜਿਹਨੇ ਸਾਡੇ 'ਤੇ ਐਡੀ ਕਿਰਪਾ ਕੀਤੀ ਕਿ ਸੋ ਧਿਆਈ ਗਏ ਉਹਨੂੰ ਧਿਆਓ, ਉਹਨੂੰ ਅਰਾਧੋ, ਉਸ ਨੂੰ ਯਾਦ ਕਰੋ। ਕਿਹਨੂੰ ਜੀ? ਕਹਿੰਦੇ ਜਿਨ ਹਮ ਕੀਏ ਜੀਓ, ਕਹਿੰਦੇ ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਾਨੂੰ ਬਣਾਇਆ ਆ। ਦੁਨਿਆਵੀ ਤੌਰ 'ਤੇ ਇੱਕ ਉਦਾਹਰਣ ਦੇ ਕੇ ਤੋਰਾਂ ਅੰਗਾ ਜੀ, ਮਾਂ ਬਾਪ ਨੇ ਸਾਨੂੰ ਜਨਮ ਦਿੱਤਾ ਆ, ਕਿੱਡੀਆਂ ਮੁਸ਼ਕਲ ਮਾਂ ਨੇ ਝੱਲੀਆਂ, 9 ਮਹੀਨੇ ਉਹਨੇ ਪੇਟ ਵਿੱਚ ਰੱਖ ਕੇ ਸਾਨੂੰ ਤਕਲੀਫਾਂ ਝੱਲੀਆਂ, ਕਿੱਡਾ ਉਹਨੇ ਦੁੱਖ ਜਰਿਆ ਆ। ਜਿੱਦਣ ਪੁੱਤ ਦੁਨੀਆਂ ਅੰਦਰ ਆਇਆ ਫਿਰ ਬਾਪ ਨੇ ਜ਼ਿੰਮੇਵਾਰੀ ਸਾਂਭੀ। ਸਾਰੀ ਉਮਰ ਮਾਂ ਬਾਪ ਬੱਚੇ ਲਈ ਕਿੰਨਾ ਕੁਝ ਕਰਦੇ ਨੇ, ਕਿੰਨਾ ਕੁਝ ਦੇ ਰਹੇ ਨੇ। ਇੱਥੋਂ ਤੱਕ ਮਾਂ ਬਾਪ ਆਪ ਅੱਧੀ ਰੋਟੀ ਖਾ ਲੈਣਗੇ ਪਰ ਕਹਿਣਗੇ ਮੇਰਾ ਪੁੱਤ ਪੂਰੀ ਰੋਟੀ ਖਾਵੇ। ਮਾਂ ਬਾਪ ਕਹਿਣਗੇ ਕਿ ਭਾਈ ਅਸੀਂ ਮਾੜੇ ਕੱਪੜੇ ਪਾਲਾਂਗੇ ਪਰ ਮੇਰਾ ਪੁੱਤ ਚੰਗੇ ਕੱਪੜੇ ਪਾਵੇ। ਕਿੱਡੀ ਕਮਾਲ ਦੀ ਗੱਲ ਹੈ। ਹੁਣ ਮਾਲਕ ਨੇ ਜਿਹਨੇ ਸਾਨੂੰ ਪੈਦਾ ਕੀਤਾ, ਮਾਂ ਬਾਪ ਨੇ, ਜੇ ਦੁਨਿਆਵੀ ਤੌਰ 'ਤੇ ਆਪਾਂ ਉਹਨਾਂ ਮਾਂ ਬਾਪ ਦਾ ਧੰਨਵਾਦ ਨਾ ਕਰੀਏ ਤਾਂ ਮੇਰੇ ਮਾਲਕ ਨੇ ਯਾਦ ਰੱਖੋ ਵੀ ਸਾਡੇ ਤੋਂ ਭੈੜਾ ਪਾਪੀ ਬੰਦਾ ਕੋਈ ਦਿਖੇ, ਸਾਡੇ ਤੋਂ ਮਾੜਾ ਬੰਦਾ ਕੋਈ ਨਹੀਂ ਹੈ। ਕਿਉਂ? ਕਿਉਂਕਿ ਜਿਹਨੇ ਦਿੱਤਾ ਹੈ ਉਹਨੂੰ ਚੇਤੇ ਨਹੀਂ ਕੀਤਾ, ਜਿਹਨੇ ਬਣਾਇਆ ਉਹਨੂੰ ਚੇਤੇ ਨਹੀਂ ਕੀਤਾ, ਜਿਹਨੇ ਪੜ੍ਹਾਇਆ ਲਿਖਾਇਆ ਉਹਨੂੰ ਭੁੱਲ ਕੇ ਬੈਠ ਗਏ ਹੋ। ਜੇ ਦੁਨਿਆਵੀ ਤੌਰ 'ਤੇ ਮਾਂ ਬਾਪ ਨੂੰ ਅਸੀਂ ਨਹੀਂ ਇੱਜ਼ਤ ਦੇਵਾਂਗੇ, ਪਿਓ ਦੇ ਸਾਹਮਣੇ ਪੁੱਤ ਬੋਲੇਗਾ, ਪਿਓ ਦੀ ਇੱਜ਼ਤ ਨਹੀਂ ਕਰੇਗਾ, ਅਤੇ ਯਾਦ ਰੱਖੋ ਸੰਸਾਰ ਸਾਨੂੰ ਕਦੇ ਪ੍ਰਵਾਨ ਨਹੀਂ ਕਰੇਗਾ। ਮਾਲਕ ਕਹਿੰਦੇ ਜੇ ਦੁਨਿਆਵੀ ਤੌਰ 'ਤੇ ਮਾਂ ਬਾਪ ਜਿਹਨੇ ਇੰਨਾ ਕੁਛ ਦਿੱਤਾ ਉਹਨੂੰ ਨਹੀਂ ਚੇਤੇ ਕੀਤਾ, ਉਹ ਭਲਿਓ ਸੰਸਾਰ ਨੇ ਸਾਨੂੰ ਪ੍ਰਵਾਨ ਨਹੀਂ ਕੀਤਾ, ਉਹ ਜਿਹਨੇ ਸਾਨੂੰ ਜਨਮ ਦਿੱਤਾ, ਜਿਹਨੇ ਸਾਨੂੰ ਮਾਂ ਬਾਪ ਦਿੱਤੇ, ਜਿਹਨੇ ਸਾਨੂੰ ਸਵਾਸ ਦਿੱਤੇ, ਜਿਹਨੇ ਸਰੀਰ ਦਿੱਤਾ, ਆ ਜਿਹਨੇ ਤੰਦਰੁਸਤੀ ਦਿੱਤੀ, ਜੇ ਉਸ ਰੱਬ ਨੂੰ ਚੇਤੇ ਨਾ ਕੀਤਾ ਸਾਨੂੰ ਨਿਰੰਕਾਰ ਨੇ ਪ੍ਰਵਾਨ ਨਹੀਂ ਕਰਨਾ। ਦੁਨਿਆਵੀ ਤੌਰ 'ਤੇ ਸੰਸਾਰ ਨਹੀਂ ਪ੍ਰਵਾਨ ਕਰੇਗਾ। ਜੇ ਯਾਦ ਰੱਖਿਓ ਜਿਹਨੇ ਪੈਦਾ ਕੀਤਾ ਉਹਨੂੰ ਨਹੀਂ ਧਿਆਇਆ, ਅਤੇ ਯਾਦ ਰੱਖਿਓ ਸਾਨੂੰ ਨਿਰੰਕਾਰ ਨੇ ਪ੍ਰਵਾਨ ਨਹੀਂ ਕਰਨਾ।
ਮਾਲਕ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਆ ਕਿ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾਂ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਕਹਿੰਦੇ ਤੂੰ ਪੁੱਤਰ ਅਪਰਾਧੀ ਬਣ ਗਿਆ ਤੇ ਮਾਲਕ ਜੀ ਮੈਂ ਅਪਰਾਧੀ ਕਿਉਂ? ਕਹਿੰਦੇ ਜਿਹਨੇ ਤੈਨੂੰ ਪਿੰਡ ਦਿੱਤਾ, ਪਿੰਡ ਦਾ ਅਰਥ ਸਰੀਰ, ਜਿਹਨੇ ਤੈਨੂੰ ਰਹਿਣ ਵਾਸਤੇ ਥਾਂ ਦਿੱਤੀ, ਉਹ ਜਿਹਨੇ ਤੈਨੂੰ ਮਾਤਾ ਪਿਤਾ ਦਿੱਤੇ, ਜਿਹਨੇ ਤੈਨੂੰ ਤੰਦਰੁਸਤੀ ਦਿੱਤੀ, ਜਿਹਨੇ ਤੈਨੂੰ ਇੰਨਾ ਕੁਛ ਤੇਰੀ ਝੋੜੀ ਵਿੱਚ ਪਾਇਆ, ਤੇ ਯਾਦ ਰੱਖ ਤੂੰ ਉਸ ਰੱਬ ਨੂੰ ਚੇਤੇ ਨਾ ਕੀਤਾ। ਤੇ ਮਾਲਕ ਕਹਿੰਦੇ ਲੈ ਕੇ ਮੁੱਕਰ ਗਿਆ ਤੇ ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੂੰ ਅਪਰਾਧੀ ਗਿਣਿਆ ਜਾਏਗਾ। ਹੁਣ ਗੁਰੂ ਨਾ ਅਰਜਨ ਦੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਮਾਲਕ ਕਹਿੰਦੇ ਨਾ ਭਾਈ ਤੂੰ ਅਪਰਾਧੀ ਨਾ ਬਣੀ, ਤੈਨੂੰ ਪੁੱਤਰ ਮੈਂ ਅਪਰਾਧੀ ਨਹੀਂ ਬਣਨਾ ਬਣਾਉਣਾ ਚਾਹੁੰਦਾ, ਮੈਂ ਤੈਨੂੰ ਪੁੱਤਰ ਜੀ ਧਾਰਮਿਕ ਬਣਾਉਣਾ ਚਾਹੁੰਦਾ। ਅਤੇ ਇੱਕ ਕੰਮ ਪੁੱਤਰ ਤੂੰ ਇਹ ਕਰ ਕਿ ਉਸ ਰੱਬ ਦਾ ਧੰਨਵਾਦ ਕਰ, ਉਸ ਰੱਬ ਨੂੰ ਧਿਆ, ਉਸ ਰੱਬ ਦੇ ਗੁਣ ਗਾ ਜਿਹੜੇ ਰੱਬ ਨੇ ਤੈਨੂੰ ਪੈਦਾ ਕੀਤਾ, ਜਿਹੜੇ ਰੱਬ ਨੇ ਤੇਰੀ ਝੋਲੀ 'ਚ ਇੰਨਾ ਕੁਛ ਪਾਇਆ। ਸਤਿਗੁਰ ਨੇ ਕਿਰਪਾ ਕੀਤੀ, ਕਹਿੰਦੇ ਗਾਵਤ ਸੁਨਤ ਸਭੇ ਹੀ ਮੁਕਤੇ ਸੋ ਧਿਆਈ ਗਏ। ਉਹਨੂੰ ਧਿਆਜ ਕਿਹਨੂੰ ਜੀ? ਜਿਨ ਹਮ ਕੀਏ ਜੀਓ, ਕਹਿੰਦੇ ਜਿਹਨੇ ਸਾਨੂੰ ਬਣਾਇਆ, ਜਿਹਨੇ ਸਾਨੂੰ ਕੀਤਾ ਆ, ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਾਨੂੰ ਜੀਵਨ ਦਿੱਤਾ ਆ, ਜਿਹਨੇ ਸਾਨੂੰ ਖੁਸ਼ੀਆਂ ਆਨੰਦ ਖੇੜੇ ਦਿੱਤੇ ਨੇ। ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਗਾਂਹ ਕਿਰਪਾ ਕਰਦੇ ਨੇ ਜੀ, ਮਾਲਕ ਆਖਦੇ ਨੇ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੇ। ਤੇ ਕਹਿੰਦੇ ਜਦੋਂ ਤੂੰ ਉਹਦੇ ਗੁਣ ਗਾਉਣ ਲੱਗ ਪਿਆ ਨਾ ਜੀ, ਉਹਦੀ ਸਿਫਤ ਤੋਂ ਸਲਾਹ ਕਰਨ ਲੱਗ ਪਿਆ, ਉਹਦੇ ਨਾਲ ਜੁੜ ਗਿਆ, ਤੇ ਜਨਮਾਂ ਜਨਮਾਂ ਦੇ ਤੇਰੇ ਕਿਲ ਵਿਖੋ ਕੱਟੇ ਜਾਣਗੇ, ਤੇਰੇ ਪਾਪ ਕੱਟੇ ਜਾਣਗੇ। ਹੁਣ ਇੱਕ ਛੋਟੀ ਜਿਹੀ ਗੱਲ ਹੋਰ ਸਮਝਿਓ, ਕਿਉਂਕਿ ਭਲਿਓ ਮਾਲਕ ਨੇ ਐਡੀ ਕਿਰਪਾ ਕੀਤੀ ਹੈ, ਕੋਈ ਬੰਦਾ ਤੁਰਿਆ ਜਾ ਰਿਹਾ, ਉਹ ਬੰਦਾ ਉੱਚੀ ਉੱਚੀ ਇੱਕ ਗੱਲ ਕਹਿ ਰਿਹਾ ਬੜੀ ਕਮਾਲ ਦੀ। ਉਹ ਕਹਿੰਦਾ ਸਾਡੇ ਰੱਬ ਨਾਲ ਜੁੜੋ, ਸਾਡੇ ਮੁਰਸ਼ਦ ਨਾਲ ਜੁੜ ਜਾਓ, ਸਾਡੇ ਭਗਵਾਨ ਨਾਲ ਜੁੜ ਜਾਓ, ਤੁਹਾਡੇ ਇੰਨੇ ਕੁ ਪਾਪ ਕੱਟੇ ਜਾਣਗੇ। ਸਾਡਾ ਮਾਲਕ ਬੜਾ ਦਿਆਲੂ ਹੈ, ਉਹ ਪਾਪ ਕੱਟ ਦੇਗਾ। ਕੋਈ ਗੁਰਮੁਖ ਰੂਹ ਰੱਬ ਨੂੰ ਪਿਆਰ ਕਰਨ ਵਾਲੀ, ਗੁਰਬਾਣੀ ਨੂੰ ਪਿਆਰ ਕਰਨ ਵਾਲੀ ਤੁਰੀ ਜਾ ਰਹੀ, ਉਹ ਕਹਿੰਦੇ ਕਿ ਤੁਹਾਡੇ ਰੱਬ ਨਾਲ ਜੁੜਾਂਗੇ, ਤੁਹਾਡੇ ਮੁਰਸ਼ਦ ਨਾਲ ਜੁੜਾਂਗੇ, ਤੁਹਾਡੇ ਭਗਵਾਨ ਨਾਲ ਜੁੜਾਂਗੇ। ਇੱਕ ਗਿਣਤੀ ਆ ਨਾ, ਤੁਸੀਂ ਕਹਿੰਦੇ ਹੋ ਕਿ ਇੰਨੇ ਕੁ ਦੁੱਖ ਕੱਟੇ ਜਾਣਗੇ, 100 ਦੀ ਗੱਲ ਕੀਤੀ, 150 ਦੀ ਗੱਲ ਕੀਤੀ। ਕਹਿੰਦੇ ਪਰ ਯਾਦ ਰੱਖਿਓ ਜਿਹਦੇ ਲੜ ਅਸੀਂ ਲੱਗੇ ਹੋਏ ਆ ਨਾ ਜੀ, ਉਹ ਬੜਾ ਦਿਆਲੂ ਹੈ। ਕਹਿੰਦੇ ਉਹ ਕਿੰਨੇ ਕੁ ਦੁੱਖ ਕੱਟਦਾ ਆ? ਉਹ ਕਹਿੰਦੇ ਉਹ ਤਾਂ ਭਲੋ ਇੰਨੇ ਕੁ ਦੁੱਖ ਕੱਟ ਦਿੰਦਾ ਆ ਕਿ ਬੰਦਾ ਜੇ ਕਰੋੜਾ ਅਵਗੁਣ ਵੀ ਕਰੇ ਤੇ ਕਰੋੜਾ ਅਵਗੁਣ ਕਰਕੇ ਵੀ ਉਹਦੇ ਦਰ ਤੇ ਇੱਕ ਵਾਰੀ ਆ ਕੇ ਤੋਬਾ ਕਰ ਦੇਵੇ ਤੇ ਮੇਰਾ ਮਾਲਕ ਉਹਦੇ ਕਰੋੜਾ ਦੇ ਕਰੋੜਾ ਅਵਗੁਣ ਕੱਟ ਦਿੰਦਾ ਆ। ਸਤਿਗੁਰ ਦੀ ਬਾਣੀ ਆਖਦੀ ਹੈ, ਕਹਿੰਦੇ ਇੱਕ ਵਾਰੀ ਤੂੰ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਚ ਇਹ ਗੱਲ ਕਹਿ ਦਿਆ ਕਰ ਕਿ ਮੇਰੇ ਮਾਲਕ ਜੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਇੱਥੇ ਤਾਂ ਜਿਹੜਾ ਬੰਦਾ ਕਹਿ ਦੇਵੇ ਕਿ ਮੈਂ ਮੂਰਖ ਹਾਂ, ਮੇਰੇ ਤੋਂ ਗਲਤੀ ਹੋ ਗਈ ਹੈ, ਤੇ ਮਾਲਕ ਕਹਿੰਦੇ ਇੱਥੇ ਜਦੋਂ ਬੰਦਾ ਗਲਤੀ ਮੰਨ ਲੈਂਦਾ ਆ ਤੇ ਕਰੋੜਾ ਅਪਰਾਧ ਕੀਤੇ ਹੋਏ ਬੰਦੇ ਨੂੰ ਵੀ ਗੁਰੂ ਬਖਸ਼ ਦਿੰਦਾ ਆ। ਸਤਿਗੁਰ ਜੀ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਮੁੜ ਕੇ ਉਹ ਜਨਮਾਂ ਜਨਮਾਂ ਦੇ ਗੇੜ ਵਿੱਚ ਨਹੀਂ ਆਉਂਦਾ ਜਿਹਨੇ ਇੱਕ ਵਾਰੀ ਆਪਣੇ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਦਾ ਪੱਲਾ ਫੜ ਲਿਆ ਆ, ਮੁੜ ਕੇ ਨਹੀਂ ਆਏਗਾ। ਸਤਿਗੁਰ ਜੀ ਕਹਿੰਦੇ ਤੂੰ ਜਿੱਦਣ ਗੁਣ ਗਾਏ ਤੇ ਮਾਲਕ ਕਹਿੰਦੇ ਉਦਣ ਕੀ ਹੋਏਗਾ, ਜਨਮ ਜਨਮ ਕੇ ਕਿਲ ਵਿਖ ਜਾਵੇ, ਤੇਰੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣੇ ਆ। ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾਰੇ। ਮਾਲਕ ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਕੱਟਣ ਵਾਲਾ ਤੇਰਾ ਵੈਦ ਆ ਗੁਰੂ, ਤੇ ਯਾਦ ਰੱਖੀ ਤੇਰੇ ਸੁੱਕੇ ਮਨ ਨੂੰ ਹਰਿਆ ਕਰਨ ਵਾਲਾ ਵੀ ਤੇਰਾ ਵੈਦ ਆ ਗੁਰੂ। ਉਹ ਕੀ ਮਾਲਕ ਨੇ ਆਖਿਆ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕੱਟੇ ਜਮਕੀ ਫੰਦਾ ਤੇ ਭਲਿਓ ਜਮਾਂ ਦੀ ਫਾਹੀ ਵੀ ਕੱਟ ਦਿੰਦਾ ਆ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ, ਜਿਹੜਾ ਗੁਰੂ ਨਾਲ ਜੁੜਿਆ। ਤੇ ਸਤਿਗੁਰ ਜੀ ਕਹਿੰਦੇ ਉਹਦੇ ਜਨਮਾਂ ਜਨਮਾਂ ਦੇ ਕਿਲ ਵਿਖ ਦੂਰ ਹੋ ਜਾਣਗੇ, ਉਹਦੇ ਪਾਪ ਕੱਟੇ ਜਾਣਗੇ। ਇੱਥੇ ਤਾਂ ਭਲਿਓ ਸੱਜਣ ਠੱਗ ਵਰਗੇ ਆਏ, ਉਹਨਾਂ ਨੇ ਤੋਬਾ ਕਰ ਲਈ ਕਿ ਮੈਂ ਠੱਗ ਹੈ, ਤੇ ਬਾਪੂ ਕਹਿੰਦਾ ਅੱਜ ਤੋਂ ਬਾਅਦ ਦੁਨੀਆਂ ਤੈਨੂੰ ਠੱਗ ਨਹੀਂ, ਅੱਜ ਤੋਂ ਬਾਅਦ ਦੁਨੀਆਂ ਤੈਨੂੰ ਭਾਈ ਸੱਜਣ ਕਹੇਗੀ।
ਮਾਲਕ ਨੇ ਬਖਸ਼ ਲਿਆ, ਜਨਮਾਂ ਜਨਮਾਂ ਦੇ ਖਤਮ ਕਰ ਦਿੱਤੇ। ਸਤਿਗੁਰ ਜੀ ਕਹਿੰਦੇ ਕੋਡੇ ਰਾਕਸ਼ ਨੇ ਆਖਿਆ ਕਿ ਬਾਬਾ ਮੇਰੇ ਵੀ ਅਵਗੁਣ ਕੱਟ ਦੇ। ਸਤਿਗੁਰ ਨੇ ਉਹਦੇ 'ਤੇ ਵੀ ਤਰਸ ਕੀਤਾ। ਅੱਜ ਦੁਨੀਆ ਉਹਨੂੰ ਕੋਡਾ ਰਾਕਸ਼ ਨਹੀਂ, ਇੱਥੇ ਭਾਈ ਉਹਨੂੰ ਕੋਡਾ ਕਰਕੇ ਸਨਮਾਨ ਮਿਲਦਾ ਆ। ਮਾਲਕ ਕਹਿੰਦੇ ਤੂੰ ਗੁਰੂ ਨਾਲ ਜੁੜਤਾ ਸਹੀ, ਤੂੰ ਸਤਿਗੁਰ ਨਾਲ ਜੁੜਤਾ ਸਹੀ ਕਿ ਮਾਲਕ ਨੇ ਬਖਸ਼ਿਸ਼ ਕੀਤੀ ਕਿ ਜਨਮ ਜਨਮ ਕੇ ਕਿਲ ਵਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ। ਤੇਰੇ 'ਤੇ ਗੁਰੂ ਨੇ ਇੱਡਾ ਦਿਆਲ ਹੋ ਜਾਣਾ ਕਿ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਹੁਣ ਜਦੋਂ ਇੱਕ ਪਿਓ ਅਤੇ ਪੁੱਤ ਦਾ ਲਗਾਅ ਬਹੁਤ ਨੇੜੇ ਹੋ ਜਾਵੇ ਨਾ ਜੀ, ਦੋਸਤੀ ਤਰੀਕੇ ਨਾਲ ਹੋ ਜਾਵੇ ਬਾਪ ਅਤੇ ਪੁੱਤ ਦਾ ਪਿਆਰ, ਅਤੇ ਯਾਦ ਰੱਖਿਓ ਜਦੋਂ ਪੁੱਤ ਲਾਡਲਾ ਹੋਵੇ ਅਤੇ ਪੁੱਤ ਹੋਵੇ ਚੰਗਾ ਲਾਇਕ ਨਿਕਲ ਜਾਵੇ ਨਾ, ਅਤੇ ਫਿਰ ਪੁੱਤ ਜਿਹੜੀ ਵੀ ਚੀਜ਼ ਮੰਗਦਾ ਅਤੇ ਪਿਓ ਸਾਹਮਣੇ ਖੜੀ ਕਰ ਦਿੰਦਾ। ਕਰੀਏ ਗੌਰ ਵਿਚਾਰ ਨਾਨਕ ਬੇੜੀ ਸੱਚੀ ਕੀ ਤਰੀਏ।